ਤੇ ਹੁਣ ਕਨਫਿਊਜ਼ਨ ਹੈ ਜਿਮ ਓਨਰਸ ਜਿਮ ਟ੍ਰੇਨਰਸ ਵੀ ਕਈਆਂ ਦੀ ਤੁਸੀਂ ਹੁਣ ਆਪਾਂ ਨੂੰ ਬੈਠੇ 5-10 ਮਿੰਟ ਹੋ ਗਏ ਸੀ ਤੁਹਾਡੇ ਸਾਹਮਣੇ ਕਿੰਨੀ ਕੋਲਿੰਗ ਆ ਚੁੱਕੀ ਹੈ ਹਰ ਇੱਕ ਬੰਦਾ ਆਹੀ ਪੁੱਛ ਰਿਹਾ ਕਿ ਹਾਂਜੀ ਖੁੱਲ ਰਿਹਾ ਕਿ ਨਹੀਂ ਖੁੱਲ ਰਿਹਾ ਉਹਦੇ ਸਾਰੀ ਕਨਫਿਊਜ਼ ਹੈ ਸਰਕਾਰ ਨੇ ਕਹਿ ਤਾ 15 ਤਰੀਕ ਨੂੰ ਓਪਨ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਿਹਾ ਗਿਆ ਸੀਗਾ ਕਿ 15 ਨੂੰ ਖੋਲ ਸਕਦੇ ਹਾਂ ਲੇਕਿਨ ਉੱਥੇ ਇਹ ਵੀ ਕਿਹਾ ਗਿਆ ਸੀ ਵੈਕਸੀਨੇਸ਼ਨ ਜਿਹੜੀ ਆ ਵਰਕਰਸ ਨੂੰ ਔਰ ਜਿਹੜੇ ਉੱਥੋਂ ਦੇ ਇੰਪਲੋਈਜ਼ ਨੇ ਅਤੇ ਜਿਹੜੇ ਓਨਰ ਨੇ ਉਹਨਾਂ ਨੂੰ ਵੈਕਸੀਨੇਸ਼ਨ ਲਗਵਾਉਣੀ ਪਊਗੀ ਅਤੇ ਵੈਕਸੀਨੇਸ਼ਨ ਵੀ ਲਗਵਾਈ ਗਈ ਆ ਤੁਹਾਡੇ ਕੋਲ ਪਹਿਲਾਂ ਹੀ ਜਿਹੜੇ ਇੰਜੈਕਸ਼ਨ ਲਗਾਉਣਾ ਜ਼ਰੂਰੀ ਆ ਕੋਵਿਡ ਦਾ ਆਪਾਂ ਉਹ ਵੀ ਕਰ ਲਿਆ ਉਹਦਾ ਵੀ ਆ ਦੇਖੋ ਪੰਜਾਬ ਸਰਕਾਰ ਦਾ ਸਰਟੀਫਿਕੇਟ ਪਹਿਲੀ ਡੋਜ਼ ਦੀ ਹੈਗੀ ਹੈ ਸੈਕਿੰਡ ਡੋਜ਼ ਜਦੋਂ ਟਾਈਮ ਹੈਗਾ ਉਦੋਂ ਸੈਕਿੰਡ ਡੋਜ਼ ਲੱਗੇਗੀ ਬੋਰਡ ਲਗਾਉਂਦੇ ਕਿੰਨੇ ਗੈਂਗਸਟਰ ਪਕੜੇ ਗਏ ਗੈਂਗਸਟਰ ਬੰਦਾ ਕਿਉਂ ਹੈ ਹਾਲਾਤ ਬਣਾਉਂਦੇ ਆ ਸਰਕਾਰਾਂ ਸਾਥ ਦੇਣ ਯੂਥ ਦਾ ਸਰਕਾਰਾਂ ਮੋਟੇ ਯਾਨੀ ਕਿ ਪ੍ਰੋਪਰ ਦੇਖਭਾਲ ਕਰਨ ਗੈਂਗਸਟਰ ਕੋਈ ਨਹੀਂ ਬਣੂਗਾ ਹੁਣ ਪਿਛਲੀ ਭਰਪਾਈ ਤਾਂ ਹੋਈ ਨਹੀਂ ਕਵਰ ਅਤੇ ਫਿਰ ਦੁਬਾਰਾ ਪਹਿਲਾਂ 5.5 ਮਹੀਨੇ ਪਹਿਲਾਂ ਬੰਦ ਰਹੇ 6 ਮਹੀਨੇ ਹੁਣ 2 ਮਹੀਨੇ ਹੋ ਗਏ ਸਾਡੇ ਜਿੰਮ ਬੰਦ ਪਿਆ ਨੂੰ ਅਗਰ ਉਹ ਦੁਬਾਰਾ ਤੋਂ ਜਿੰਮ ਬੰਦ ਕਰਨ ਦੀ ਸੋਚਦੀ ਪਈ ਹੈ ਪਰ ਸਾਨੂੰ ਸਭ ਨੂੰ ਇੱਕ ਇੱਕ ਸ਼ਰਾਬ ਦਾ ਠੇਕਾ ਖੁਲਵਾ ਦੇ ਜਿੰਮ ਦੇ ਅੰਦਰ ਤਾਂ ਕਿ ਸਾਡੀ ਰੋਜ਼ੀ ਰੋਟੀ ਵੀ ਚੱਲਦੀ ਰਹੂਗੀ ਅਤੇ ਜਿੰਮ ਦਾ ਵਰਕ ਵੀ ਚੱਲਦਾ ਰਹੂਗਾ ਆਹੀ ਕਹਿ ਸਕਦੇ ਹਾਂ ਬਿਜਲੀ ਦੇ ਬਿੱਲ ਉਹੀ ਆ ਰਹੇ ਹੈ ਓਨੇ ਹੀ ਆ ਰਹੇ ਹੈ ਘਰ ਦੇ ਖਰਚੇ ਓਨੇ ਹੀ ਹੈ ਸਕੂਲ ਦੀਆਂ ਫੀਸਾਂ ਮਾਫ਼ ਨਹੀਂ ਹੋਈਆਂ ਸਕੂਲ ਦੀਆਂ ਫੀਸਾਂ ਇਹ ਕਹਿ ਰਹੇ ਸੀ ਮਾਫ਼ ਕਰਨ ਦਾ ਸਕੂਲ ਦੀਆਂ ਫੀਸਾਂ ਮਾਫ਼ ਕਿਉਂ ਨਹੀਂ ਐਡਮਿਸ਼ਨ ਫੀਸਾਂ ਵੀ ਲਿੱਤੀਆਂ ਉਸ ਤੋਂ ਬਾਅਦ ਕੋਈ ਵੀ ਟੈਕਸ ਮਾਫ਼ ਨਹੀਂ ਹੋਇਆ ਪੈਟਰੋਲ ਦਾ ਰੇਟ ਦੇਖੋ ਆਪਣੇ ਜਿਹੜੇ ਇਹਨਾਂ ਦੇ ਆਪਣੇ ਜਿੱਥੇ ਤੋਂ ਚੱਲਦੀ ਅਰਥ ਵਿਵਸਥਾ ਦਾਰੂ ਇੱਕ ਦਿਨ ਵੀ ਬੰਦ ਨਹੀਂ ਹੋਣ ਦਿੱਤੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਦੀਪ ਸਿੰਘ ਲੰਮੇ ਤੁਸੀਂ ਦੇਖ ਰਹੇ ਹੋ ਟਾਈਮਜ਼ ਤੁਸੀਂ ਜਾਣਦੇ ਹੋ ਕਿ ਲਗਾਤਾਰ ਕਈ ਮਹੀਨਿਆਂ ਤੋਂ ਜਿਹੜੇ ਹੈ ਜਿੰਮ ਬੰਦ ਪਏ ਨੇ ਜਿਸ ਤੋਂ ਬਾਅਦ ਜਿੰਮ ਮਾਲਕਾਂ ਦੇ ਵੱਲੋਂ ਜਿਹੜੇ ਪ੍ਰੋਟੈਸਟ ਵੀ ਕੀਤੇ ਗਏ ਸੀ ਪੰਜਾਬ ਸਰਕਾਰ ਨੂੰ ਗੁਹਾਰ ਵੀ ਲਗਾਈ ਗਈ ਸੀ ਕਿ ਜਿਹੜੇ ਉਹਨਾਂ ਦੇ ਜਿਹੜੇ ਜਿਸ ਦੇ ਨਾਲ ਗੁਜ਼ਾਰਾ ਹੁੰਦਾ ਆ ਜਿੰਮ ਜਿਹੜੇ ਖੋਲ੍ਹੇ ਜਾਣ ਲੇਕਿਨ ਉੱਥੇ ਹੀ ਗੱਲ ਕੀਤੀ ਜਾਵੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਪ੍ਰੋਟੈਸਟ ਕੀਤੇ ਗਏ ਲੁਧਿਆਣੇ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਆ ਪ੍ਰੋਟੈਸਟ ਕੀਤੇ ਗਏ ਜਿੰਮ ਮਾਲਕਾਂ ਦੇ ਵੱਲੋਂ ਵੱਖ ਵੱਖ ਚੌਂਕਾਂ ਦੇ ਵਿੱਚ ਖੜ੍ਹ ਕੇ ਇਹੀ ਕਿਹਾ ਗਿਆ ਕਿ ਜਿੰਮ ਜਿਹੜੇ ਲਗਾਤਾਰ ਜਿਹੜੇ ਕਈ ਮਹੀਨਿਆਂ ਤੋਂ ਬੰਦ ਨੇ ਉਹਨਾਂ ਨੂੰ ਖੋਲ੍ਹਿਆ ਜਾਵੇ ਔਰ ਉੱਥੇ ਹੀ ਜਦੋਂ ਜਿਹੜੇ ਪੰਜਾਬ ਦੇ ਸੀ ਐਮ ਨੇ ਡਿਪਟੀ ਕਮਿਸ਼ਨਰ ਨੇ ਉਹਨਾਂ ਦੇ ਵੱਲੋਂ ਬਿਆਨ ਜਾਰੀ ਕੀਤੇ ਜਾਂਦੇ ਨੇ ਹਾਲਾਂਕਿ ਕਮਿਸ਼ਨਰ ਦੇ ਵੱਲ ਕਿਸੇ ਤਰ੍ਹਾਂ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਹਾਲੇ ਤੱਕ ਨਹੀਂ ਆਇਆ ਪੰਜਾਬ ਸਰਕਾਰ ਦੇ ਵੱਲੋਂ ਕੈਪਟਨ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਜਿਵੇਂ ਜਿਹੜੇ 15 ਤਰੀਕ ਨੂੰ ਜਿਹੜੇ ਆ ਖੋਲ੍ਹੇ ਜਾ ਸਕਦੇ ਨੇ ਲੇਕਿਨ ਉਹਨਾਂ ਨੇ ਇਹਦੇ ਨਾਲ ਹੀ ਜਿਹੜੇ ਆ ਡਿਪਟੀ ਕਮਿਸ਼ਨਰ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਉੱਤੇ ਗੱਲ ਸੁੱਟ ਦਿੱਤੀ ਗਈ ਸੀਗੀ ਜ਼ਿੰਮੇਵਾਰੀ ਉਹਨਾਂ ਦੀ ਬਣਾ ਦਿੱਤੀ ਗਈ ਸੀ ਕਿ ਅਗਰ ਦੇਖਿਆ ਜਾਵੇ ਕਿ ਕੋਵਿਡ ਦੇ ਕੇਸਿਸ ਘਟੇ ਨੇ ਤਾਂ ਜਿਹੜੇ ਜਿੰਮ ਖੋਲ੍ਹਣ ਦੀ ਮਨਜ਼ੂਰੀ ਜਿਹੜੀ ਦੇ ਦਿੱਤੀ ਜਾਵੇ ਉੱਥੇ ਹੀ ਗੱਲ ਕਰਦੇ ਹਾਂ ਹੁਣ ਲੁਧਿਆਣੇ ਦੀ ਤਾਂ ਲੁਧਿਆਣੇ ਦੇ ਵਿੱਚ ਹਲੇ ਵੀ ਜਿੰਮ ਮਾਲਕ ਕਨਫਿਊਜ਼ ਨੇ ਕਿਉਂਕਿ ਜਿਹੜੇ ਪੰਜਾਬ ਦੇ ਸੀ ਐਮ ਦੇ ਵੱਲੋਂ ਕਿਹਾ ਗਿਆ ਕਿ 15 ਤਰੀਕ ਤੱਕ ਜਿਹੜੇ ਹੈ ਜਿੰਮ ਖੋਲ੍ਹੇ ਜਾ ਸਕਦੇ ਨੇ ਲੇਕਿਨ ਅਫੀਸ਼ੀਅਲ ਨੋਟੀਫਿਕੇਸ਼ਨ ਜਿਹੜੇ ਹਾਲੇ ਤੱਕ ਨਹੀਂ ਆਇਆ ਹੈਗਾ ਡਿਪਟੀ ਕਮਿਸ਼ਨਰ ਦੇ ਵੱਲੋਂ ਹਾਲੇ ਤੱਕ ਕੋਈ ਅਫੀਸ਼ੀਅਲ ਨੋਟੀਫਿਕੇਸ਼ਨ ਨਹੀਂ ਆਇਆ ਜਿਸ ਨੂੰ ਲੈ ਕੇ ਜਿਹੜੇ ਕਨਫਿਊਜ਼ਨ ਜਿਹੜੀ ਹੈ ਜਿੰਮ ਮਾਲਕਾਂ ਦੇ ਵਿੱਚ ਪਾਈ ਜਾ ਰਹੀ ਹੈ ਗੱਲਬਾਤ ਕਰਦੇ ਹਾਂ ਬਾਈ ਜੀ ਗੱਲ ਕੀਤੀ ਜਾਵੇ ਅਫੀਸ਼ੀਅਲ ਨੋਟੀਫਿਕੇਸ਼ਨ ਦੀ ਪੰਜਾਬ ਸਰਕਾਰ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕਿ 15 ਤਰੀਕ ਤੱਕ ਜਿਹੜੇ ਜਿੰਮ ਖੋਲ੍ਹੇ ਜਾ ਸਕਦੇ ਹਨ ਰੈਸਟੋਰੈਂਟ ਵੀ ਖੋਲ੍ਹੇ ਜਾ ਸਕਦੇ ਨੇ ਉੱਥੇ ਗੱਲ ਕੀਤੀ ਜਾਵੇ ਅਫੀਸ਼ੀਅਲ ਨੋਟੀਫਿਕੇਸ਼ਨ ਦੀ ਕੀ ਕਨਫਿਊਜ਼ਨ ਆ ਉਸ ਨੂੰ ਲੈ ਕੇ ਪਹਿਲਾਂ ਤਾਂ ਲੰਮੇ ਜੀ ਤੁਹਾਡਾ ਲੁਧਿਆਣਾ ਟਾਈਮਸ ਤੇ ਔਨ 에ਅਰ ਦਾ ਦਿਲੋਂ ਥੈਂਕਸ ਕਿ ਸਾਡੀ ਆਵਾਜ਼ ਜਿਹੜੀ ਸਰਕਾਰਾਂ ਤੱਕ ਪਹੁੰਚਾਈ ਤੇ ਸਰਕਾਰ ਨੂੰ ਜਿੰਮ ਖੋਲ੍ਹਣ ਦਾ ਉਹਨਾਂ ਨੇ ਆਦੇਸ਼ ਦਿੱਤਾ ਤੇ ਭਾਈ ਹੁਣ ਤੁਸੀਂ ਦੇਖਿਆ ਹੀ ਹੈ ਜਿਵੇਂ ਸਰਕਾਰ ਨੇ 15 ਤਰੀਕ ਦਾ ਕਿਹਾ ਸੀਗਾ ਕਿ ਗਾਈਡਲਾਈਨ ਦਿੱਤੀ ਸੀ ਉਹਦੇ ਜਿੰਮ ਓਪਨ ਦੀ ਉਹਨੂੰ ਦੇਖਦੇ ਹੁਣ ਸਫਾਈ ਵਗੈਰਾ ਸੈਨੇਟਾਈਜ਼ ਵਗੈਰਾ ਸਾਰਾ ਕੁਝ ਦੁਬਾਰਾ ਤੋਂ ਕੀਤਾ ਹੈਗਾ ਕਿਉਂਕਿ ਤੁਹਾਨੂੰ ਵੀ ਪਤਾ ਮਸ਼ੀਨਰੀ ਕਾਫੀ ਜਿਹੜੀ ਹੁੰਦੀ ਹੈਵੀ ਮਸ਼ੀਨਰੀ ਹੁੰਦੀ ਹੈ ਉਹਦੀ ਵਾਇਰ ਵਗੈਰਾ ਹੋ ਗਈ ਆਇਲ ਕਰਨਾ ਠੀਕ ਹੈ ਜੋਗਰਸ ਵਗੈਰਾ ਅਤੇ ਸਾਰਾ ਰਿਪੇਅਰਿੰਗ ਦਾ ਹੋ ਗਿਆ ਉਹ ਸਾਰਾ ਸ਼ੁਰੂ ਕਰਤਾ ਅਤੇ ਹੁਣ ਕਨਫਿਊਜ਼ਨ ਹੈ ਜਿੰਮ ਓਨਰਸ ਜਿੰਮ ਟ੍ਰੇਨਰਸ ਵੀ ਕਈਆਂ ਦੀ ਤੁਸੀਂ ਹੁਣ ਆਪਾਂ ਨੂੰ ਬੈਠੇ 5-10 ਮਿੰਟ ਹੋ ਗਏ ਸੀ ਤੁਹਾਡੇ ਸਾਹਮਣੇ ਕਿੰਨੀ ਕੋਲਿੰਗ ਆ ਚੁੱਕੀ ਹੈ ਹਰ ਇੱਕ ਬੰਦਾ ਆਹੀ ਪੁੱਛ ਰਿਹਾ ਕਿ ਹਾਂਜੀ ਖੁੱਲ੍ਹ ਰਿਹਾ ਕਿ ਨਹੀਂ ਖੁੱਲ੍ਹ ਰਿਹਾ ਉਹਦੇ ਸਾਰੀ ਕਨਫਿਊਜ਼ ਹੈ ਸਰਕਾਰ ਨੇ ਕਹਿ ਤਾ 15 ਤਰੀਕ ਨੂੰ ਓਪਨ ਹੈ ਉਹਨਾਂ ਨੇ ਡੀ ਸੀ ਦੇ ਛੱਡਤਾ ਡੀ ਸੀ ਆਰਾਂ ਦੀ ਹੋ ਸਕਦਾ ਸ਼ਾਮ ਨੂੰ ਗਾਈਡਲਾਈਨਸ ਆ ਜਾਏ ਜਾਂ ਕੱਲ੍ਹ ਗਾਈਡਲਾਈਨਸ ਆ ਜਾਏ ਪਰ ਉਹੀ ਚੀਜ਼ਾਂ ਕਨਫਿਊਜ਼ ਹੈ ਇੱਕ ਚੈਨਲ ਨੇ ਦਿਖਾਤਾ ਸੀਗਾ ਕਿ ਅੱਜ ਤੋਂ ਓਪਨ ਕਰ ਸਕਦੇ ਆ ਨਹੀਂ ਉੱਥੇ ਗੱਲ ਕੀਤੀ ਜਾਵੇ ਵੈਕਸੀਨੇਸ਼ਨ ਨੂੰ ਲੈ ਕੇ ਮੇਰੀ ਨੋਟੀਫਿਕੇਸ਼ਨ ਆਇਆ ਸੀਗਾ ਜਦੋਂ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਸੀਗਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਿਹਾ ਗਿਆ ਸੀਗਾ ਕਿ 15 ਨੂੰ ਖੋਲ੍ਹ ਸਕਦੇ ਹਾਂ ਲੇਕਿਨ ਉੱਥੇ ਇਹ ਵੀ ਕਿਹਾ ਗਿਆ ਸੀ ਵੈਕਸੀਨੇਸ਼ਨ ਜਿਹੜੀ ਆ ਵਰਕਰਸ ਨੂੰ ਔਰ ਜਿਹੜੇ ਉੱਥੋਂ ਦੇ ਇੰਪਲੋਈਜ਼ ਨੇ ਅਤੇ ਜਿਹੜੇ ਓਨਰ ਨੇ ਉਹਨਾਂ ਨੂੰ ਵੈਕਸੀਨੇਸ਼ਨ ਲਗਵਾਉਣੀ ਪਊਗੀ ਤਾਂ ਵੈਕਸੀਨੇਸ਼ਨ ਵੀ ਲਗਵਾਈ ਗਈ ਆ ਤੁਹਾਡੇ ਕੋਲ ਪਹਿਲਾਂ ਹੀ ਦੇਖੋ ਮੋਸਟਲੀ ਜਿਹੜੇ ਹੈਗੇ ਆ ਮੈਂ ਜਿਮ ਏਕਤਾ ਫੈਡਰੇਸ਼ਨ ਦਾ ਜਨਰਲ ਸੈਕਟਰੀ ਵੀ ਹਾਂ ਠੀਕ ਹੈ ਮੈਂ ਸਭ ਤੋਂ ਪਹਿਲਾਂ ਦੇਖੋ ਜੀ ਆਹ ਸਰਟੀਫਿਕੇਟ ਪਿਆ ਇਹ ਸਭ ਤੋਂ ਪਹਿਲਾਂ ਆਪ ਲਗਾਈ ਜਿਮ ਓਨਰਸ ਹੈ ਇਹਨਾਂ ਦੇ ਆਹ ਦੇਖੋ ਸਾਰਿਆਂ ਦੇ ਜਿਹੜੇ ਹੈਗੇ ਆ ਆਪਣੇ ਜਿਹੜੇ ਵੈਕਸੀਨੇਸ਼ਨ ਹੋ ਚੁੱਕੀ ਹੈ ਜ਼ਿਆਦਾਤਰ ਠੀਕ ਹੈ ਜਿਹੜੀ ਦੇਖੋ ਅਸੀਂ ਪਹਿਲਾਂ ਹੀ ਰੂਲਸ ਫੋਲੋ ਕਰ ਰਹੇ ਸੀਗੇ
ਪਹਿਲਾਂ ਹੀ ਤੁਸੀਂ ਲਗਾ ਲਓ ਕਿ ਮੇਰੇ ਕੋਲ ਪ੍ਰੋਪਰ ਇੱਕ ਰਜਿਸਟਰ ਲਿਖਿਆ, ਤੁਹਾਡੀ ਵੀ ਲਾਸਟ ਟਾਈਮ ਇੰਟਰਵਿਊ ਹੋਈ ਸੀ ਉਹਦੇ 'ਚ ਮੈਂ ਪ੍ਰੋਪਰ ਦਿਖਾਇਆ ਵੀ ਹੈ, ਚੌਥਾ ਪੰਜਵਾਂ ਰਜਿਸਟਰ ਸੀਗਾ, ਜਿਹੜਾ ਵੀ ਬੱਚਾ ਆਉਂਦਾ ਉਹਦਾ ਨਾਮ, ਆਕਸੀਮੀਟਰ ਰੱਖਿਆ ਹੋਇਆ ਕਿੰਨਾ ਆਕਸੀਜਨ ਹੈ, ਕਿੰਨੀ ਪਲਸ ਹੈ, ਟੈਂਪਰੇਚਰ ਚੈੱਕ ਕਰੀਦਾ ਕਿੰਨਾ ਟੈਂਪਰੇਚਰ ਹੈ, ਫਿਰ ਉੱਪਰ ਲਿਖਿਆ ਜੀ ਈ ਕਿ ਟੈਂਪਰੇਚਰ ਸਾਰਾ ਕੁਝ ਸਹੀ ਹੈ, ਉਹਨੂੰ ਜਿਮ ਦੇ ਅੰਦਰ ਐਂਟਰੀ ਦੇਣੀ ਹੈ ਕਿ ਨਹੀਂ ਦੇਣੀ। ਅਗਰ ਸਾਨੂੰ ਲੱਗਦਾ ਕਿ ਜਿਮ ਦੇ ਐਂਟਰੀ ਨਹੀਂ ਹੈ, ਉਹਨੂੰ ਟੈਂਪਰੇਚਰ ਤੇਜ਼ ਹੈ, ਉਹਨੂੰ ਆਪਾਂ ਘਰ ਭੇਜਦੇ ਹਾਂ ਰੈਸਟ ਵਾਸਤੇ। ਉਸ ਤੋਂ ਬਾਅਦ ਉਹਦਾ ਮੋਬਾਈਲ ਨੰਬਰ, ਪ੍ਰੋਪਰ ਇੱਕ ਰੂਲਸ ਐਂਡ ਰੈਗੂਲੇਸ਼ਨ ਦੇ ਚੱਲੇ ਸੀਗੇ। ਉਸ ਤੋਂ ਬਾਅਦ ਇੱਕ ਨਵੀਂ ਗਾਈਡਲਾਈਨ ਆਈ ਸੀਗੀ ਕਿ ਵੈਕਸੀ ਜਿਹੜੇ ਇੰਜੈਕਸ਼ਨ ਲਗਾਉਣਾ ਜ਼ਰੂਰੀ ਹੈ ਕੋਵਿਡ ਦਾ, ਆਪਾਂ ਉਹ ਵੀ ਕਰ ਲਿਆ। ਉਹਦਾ ਵੀ ਆਹ ਦੇਖੋ ਪੰਜਾਬ ਸਰਕਾਰ ਦਾ ਸਰਟੀਫਿਕੇਟ ਪਹਿਲੀ ਡੋਜ਼ ਦੀ ਹੈਗੀ ਹੈ, ਸੈਕਿੰਡ ਡੋਜ਼ ਜਦੋਂ ਟਾਈਮ ਹੈਗਾ ਉਦੋਂ ਸੈਕਿੰਡ ਡੋਜ਼ ਲੱਗੇਗੀ। ਉੱਥੇ ਗੱਲ ਕੀਤੀ ਆ ਮੇਨਟੇਨੈਂਸ ਨੂੰ ਲੈ ਕੇ, ਜਿਵੇਂ ਪਿਛਲੇ ਮਹੀਨੇ ਜਦੋਂ ਸਾਲ ਦੇ ਵਿੱਚ ਲੋਕਡਾਊਨ ਲੱਗਿਆ ਸੀਗਾ ਤਾਂ ਕਿੰਨੇ ਮਹੀਨੇ ਜਿਮ ਬੰਦ ਰਹੇ ਸੀਗੇ, ਤਾਂ ਉਸ ਤੋਂ ਬਾਅਦ ਦੁਬਾਰਾ ਖੋਲਿਆ, ਮੇਨਟੇਨੈਂਸ ਕੀਤੀ ਗਈ। ਹੁਣ ਮਸ਼ੀਨਾਂ ਜਿਹੜੀਆਂ ਨੇ ਮੇਨਟੇਨੈਂਸ ਮੰਗਦੀਆਂ, ਹਰੇਕ ਜਿਹੜੀ ਮਸ਼ੀਨ, ਕੋਈ ਅਜਿਹੀਆਂ ਮਸ਼ੀਨਾਂ ਹੋਣ ਜਿਹੜੀਆਂ 15 ਦਿਨਾਂ ਬਾਅਦ ਮੇਨਟੇਨੈਂਸ ਮੰਗਦੀਆਂ ਹੋਣਗੀਆਂ, ਤਾਂ ਹੁਣ ਦੁਬਾਰਾ ਤੋਂ ਉਸੇ ਤਰੀਕੇ ਦੇ ਨਾਲ ਖੋਲ੍ਹੇ ਜਾ ਰਹੇ ਨੇ ਨਾ, ਕਿੰਨੇ ਮਹੀਨਿਆਂ ਦੇ ਬੰਦ ਹੋਣ ਤੋਂ ਬਾਅਦ, ਅਤੇ ਮੇਨਟੇਨੈਂਸ ਦੇ ਖਰਚੇ ਹੁਣ ਜਿਹੜੇ ਆ ਬਹੁਤ ਜ਼ਿਆਦਾ ਆ ਰਹੇ ਹੋਣੇ ਨੇ। ਭਾਅ ਜੀ ਉਹ ਤਾਂ ਹੈਗਾ ਹੀ ਆ, ਪਿਛਲਾ ਹਜੇ ਪੱਟਰੀ 'ਤੇ ਆਈ ਨਹੀਂ ਸੀਗੀ, ਠੀਕ ਹੈ ਨਾ, ਉਸ ਤੋਂ ਬਾਅਦ ਫਿਰ ਪੱਟਰੀ ਤੋਂ ਉਤਾਰਤੀ ਜਿਹੜੀ ਸਾਡੀ ਅਰਥ ਵਿਵਸਥਾ ਤਾਂ ਵੈਸੇ ਹੀ ਪੂਰਾ ਹਿੱਲ ਗਿਆ ਸੀਗਾ। ਤੁਹਾਨੂੰ ਵੀ ਪਤਾ ਕਿ ਇੱਕ ਇੱਕ ਮਸ਼ੀਨ 'ਤੇ ਖਰਚਾ ਕਾਫੀ ਆ ਜਾਂਦਾ, ਉਹਦੀ ਮੇਨਟੇਨੈਂਸ ਦਾ ਲਗਾ ਲਓ, ਠੀਕ ਹੈ, ਉਸ ਤੋਂ ਇਲਾਵਾ ਇਲੈਕਟ੍ਰੋਨਿਕ ਦਾ ਲਗਾ ਲਓ। ਹੁਣ ਜਦੋਂ ਜਿਮ ਆ ਕੇ ਖੋਲਿਆ ਸੀਗਾ, ਨੀਚਾ ਰੂਮ ਦੇਖਿਆ ਕਿ ਉੱਪਰ ਸਪਾਰਕ ਕੀਤਾ ਹੋਇਆ ਸੀਗਾ, ਉਹ ਤਾਂ ਚਲੋ ਐਮ ਸੀ ਨੀਚੇ ਗਿਰ ਗਈ, ਕੋਈ ਯਾਨੀ ਕਿ ਅੱਗ ਉੱਗ ਜਾਂ ਕੋਈ ਐਵੇਂ ਦੀ ਚੀਜ਼ ਨਹੀਂ ਹੋਈ, ਠੀਕ ਹੈ ਨਾ, ਅਗਰ ਨਹੀਂ ਹੁੰਦੀ ਮਾਰਕੀਟ ਨਾ ਹੁੰਦਾ ਫਿਰ ਤਾਂ ਸਾਰਾ ਕੁਝ ਸਹੀ ਖਰਾਬ ਹੋ ਜਾਣਾ ਸੀਗਾ, ਠੀਕ ਹੈ ਨਾ। ਤੁਹਾਨੂੰ ਮੈਂ ਦਿਖਾਇਆ ਉੱਪਰ ਕਿਵੇਂ ਬਲੈਕ ਹੋਇਆ ਹੋਇਆ ਸੀਗਾ। ਉਸ ਤੋਂ ਬਾਅਦ ਤੁਸੀਂ ਲਗਾਓ ਕਿ ਨਾ ਤਾਂ ਰੈਂਟ ਮਾਫ ਹੋਏ, ਠੀਕ, ਬਿਜਲੀ ਦੇ ਬਿੱਲ ਉਹੀ ਆ ਰਹੇ ਹੈ, ਉਨੇ ਹੀ ਆ ਰਹੇ ਹੈ, ਘਰ ਦੇ ਖਰਚੇ ਉਨੇ ਹੀ ਹੈ, ਸਕੂਲ ਦੀਆਂ ਫੀਸਾਂ ਮਾਫ ਨਹੀਂ ਹੋਈਆਂ। ਸਕੂਲ ਦੀਆਂ ਫੀਸਾਂ ਇਹ ਕਹਿ ਰਹੇ ਸੀ ਮਾਫ ਕਰਨ ਦਾ, ਸਕੂਲ ਦੀਆਂ ਫੀਸਾਂ ਮਾਫ ਕੀ ਹੋਣੀਆਂ, ਐਡਮਿਸ਼ਨ ਫੀਸਾਂ ਵੀ ਲਿੱਤੀਆਂ। ਉਸ ਤੋਂ ਬਾਅਦ ਕੋਈ ਵੀ ਟੈਕਸ ਮਾਫ ਨਹੀਂ ਹੋਇਆ, ਪੈਟਰੋਲ ਦਾ ਰੇਟ ਦੇਖੋ, ਆਪਣੇ ਜਿਹੜੇ ਇਹਨਾਂ ਦੇ ਆਪਣੇ ਜਿੱਥੇ ਤੋਂ ਚੱਲਦੀ ਅਰਥ ਵਿਵਸਥਾ, ਦਾਰੂ ਇੱਕ ਦਿਨ ਵੀ ਬੰਦ ਨਹੀਂ ਹੋਣ ਦਿੱਤੀ। ਪੈਟਰੋਲ ਦਾ ਰੇਟ ਕੀ ਸੀ, ਕੀ ਆ ਗਿਆ, ਸਰੋਂ ਦਾ ਤੇਲ ਪਿਛਲੇ ਲੋਕਡਾਊਨ ਦੇ ਵਿੱਚ ਕੀ ਸੀ, ਕੀ ਹੋ ਗਿਆ, ਠੀਕ ਹੈ। ਉਸ ਤੋਂ ਇਲਾਵਾ ਹਰੇਕ ਚੀਜ਼ ਦੇ ਤੁਸੀਂ ਲਗਾਓ ਖਰਚੇ ਵੱਧੇ ਹੀ ਹੈ। ਦਾਲਾਂ ਦੇ ਰੇਟ ਕੀ ਸੀ, ਸਿਲੰਡਰ ਦੇ ਰੇਟ ਕੀ ਹੈ, ਜਿੱਥੋਂ ਦੀ ਆਪਣੀ ਸਰਕਾਰ ਕਹਿੰਦੀ ਹੈ ਕਿ ਅਰਥ ਵਿਵਸਥਾ ਸਾਡੀ ਡਾਊਨ ਨਾ ਚੱਲੇ, ਯਾਰ ਸਾਡੀ ਅਰਥ ਵਿਵਸਥਾ ਦਾ ਕੀ ਹੈ, ਸਰਕਾਰ ਨੂੰ ਸੋਚਣਾ ਚਾਹੀਦਾ, ਨਹੀਂ ਤਾਂ ਹਰ ਇੱਕ ਨੂੰ ਇੱਕ ਪੈਕੇਜ ਉਹ ਕਰ ਦੇਵੇ, ਅਤੇ ਜਿਮ ਬੰਦ ਕੀਤਾ ਹੱਥ ਪੈਕੇਜ, ਪੈਕੇਜ ਕਰ ਦੇਵੇ, ਤੁਸੀਂ ਉਸ ਹਿਸਾਬ 'ਤੇ ਪੈਕੇਜ ਦੇ ਦਿਓ ਕਿ ਬੰਦੇ ਨੂੰ, ਠੀਕ ਹੈ ਨਾ, ਅਸੀਂ ਵੀ ਤੁਹਾਡੇ ਨਾਗਰਿਕ ਹਾਂ, ਏ ਸੀ ਰੂਮ ਦੇ ਵਿੱਚ ਬੈਠ ਕੇ ਚਲੋ ਜੀ, ਹਾਂਜੀ ਠੀਕ ਹੈ ਜੀ, ਕਿਸੇ ਕੋਲੋਂ ਵੱਡੇ ਅਫਸਰਾਂ ਤੋਂ ਨੀਚੇ ਵਾਲੀ ਕਰਨੀ, ਤੁਸੀਂ ਇੰਨੀ ਵੱਡੀ ਤੁਹਾਡੀ ਟੀਮ ਹੈ, ਗਰਾਊਂਡ ਲੈਵਲ 'ਤੇ ਆਓ, ਦੇਖੋ ਕਿ ਇਹ ਕਿੰਨੇ ਦੁਖੀ ਹੈ। ਇਕੱਲੇ ਜਿਮ ਵਾਲਿਆਂ ਦੀ ਗੱਲ ਨਹੀਂ ਕਰ ਰਿਹਾ, ਦੁਕਾਨਾਂ 'ਤੇ ਜਾ ਕੇ ਦੇਖੋ ਕਿਵੇਂ ਸਾਰੇ ਰੋ ਰਹੇ, ਤੁਸੀਂ ਕਿੰਨੇ ਇੰਟਰਵਿਊ ਲਗਾਏ, ਬਾਜ਼ਾਰਾਂ 'ਚ ਰਸ਼ ਹੈਗਾ ਪਰ ਦੁਕਾਨਾਂ 'ਚ ਕਸਟਮਰ ਨਹੀਂ ਹੈ। ਕਸਟਮਰ ਕਿਉਂ ਨਹੀਂ ਹੈ, ਪੈਸੇ ਨਹੀਂ ਹੈ, ਪੈਸੇ ਹੋਣਗੇ ਅਰਥ ਵਿਵਸਥਾ ਉਹਨਾਂ ਦੀ ਚੱਲੂਗੀ, ਕੰਮ ਚੱਲੂਗਾ, ਤਾਂ ਹੀ ਬੰਦਾ ਕੁਝ ਖਰੀਦੂਗਾ। ਹੁਣ ਤੁਸੀਂ ਕਿੰਨੇ ਸਟਿੰਗ ਓਪਰੇਸ਼ਨ ਕੀਤੇ ਸ਼ਰਾਬ ਦੇ ਠੇਕਿਆਂ ਦੇ, ਛੋਟੀਆਂ ਛੋਟੀਆਂ ਮੋਰੀਆਂ ਦੇ, ਕੁਛ ਹੋਇਆ ਉਹਦਾ, ਇੱਕ ਵੀ ਨਤੀਜਾ ਆਇਆ, ਨਹੀਂ ਆਇਆ ਨਾ, ਬਸ ਫਿਰ ਗੱਲ ਤੁਹਾਡੇ ਦੇ ਹੁਣ ਕਰਦੇ ਹਾਂ ਤੁਹਾਡੇ ਨਾਲ, ਕੀ ਉਮੀਦ ਕੀਤੀ ਜਾ ਰਹੀ ਹੈ ਤੁਹਾਨੂੰ ਜਿਹੜੇ ਹੁਣ ਨੋਟੀਫਿਕੇਸ਼ਨ ਨੂੰ ਲੈ ਕੇ, ਜਿਵੇਂ ਹੁਣ ਕਿਹਾ ਜਾ ਰਿਹਾ ਕਿ ਅਫੀਸ਼ੀਅਲ ਨੋਟੀਫਿਕੇਸ਼ਨ ਹਾਲੇ ਤੱਕ ਨਹੀਂ ਆਇਆ ਹੈਗਾ, ਉਹ ਉਮੀਦ ਕੀਤੀ ਜਾ ਰਹੀ ਸ਼ਾਮ ਤੱਕ ਕਹਿ ਦਿੱਤਾ ਜਾਵੇ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਖੋਲੋ ਜਿਮ, ਕੀ ਉਮੀਦ ਹੈ ਤੁਹਾਨੂੰ ਲੈ ਕੇ ਇਸ ਨੂੰ? ਸਰ ਪਹਿਲੇ ਨੰਬਰ 'ਤੇ ਤਾਂ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਰਕਾਰਾਂ ਤੱਕ ਸਾਡੀ ਗੱਲਾਂ ਪਹੁੰਚਾਈਆਂ, ਲੇਕਿਨ ਪਹਿਲੇ ਅਧਾਰੇ 'ਤੇ ਮੈਂ ਆਹ ਕਹਿਣਾ ਚਾਹੁੰਦਾ, ਸਰਕਾਰਾਂ ਨੂੰ ਨਾ ਸਾਡੇ ਜਿੰਮਾਂ ਬਾਰੇ ਸੋਚਣਾ ਚਾਹੀਦਾ ਕਿ ਪਹਿਲੇ ਨੰਬਰ 'ਤੇ ਜਿੰਮ ਨੂੰ ਟਾਰਗੇਟ ਨਾ ਕੀਤਾ ਜਾਵੇ, ਜਿੰਮ ਨੂੰ ਟਾਰਗੇਟ ਨਾ ਕੀਤਾ ਜਾਵੇ। ਕਿਉਂ, ਹੁਣ ਡਾਕਟਰ ਕੋਲ ਜੇ ਆਪਾਂ ਜਾਂਦੇ ਹਾਂ, ਕੋਈ ਵੀ ਪੇਸ਼ੈਂਟ ਜਾਂ ਡਾਕਟਰ ਕੋਲ ਜਾਂਦਾ, ਡਾਕਟਰ ਕਹਿੰਦਾ ਆਹ ਮੈਡੀਸਨ ਲੈ ਲੈ, ਅਤੇ ਉਸ ਤੋਂ ਬਾਅਦ ਐਕਸਰਸਾਈਜ਼ ਜ਼ਰੂਰੀ ਹੈ, ਉਹ ਕਹਿਣਾ ਬੰਦ ਕਰ ਦੇਣ ਡਾਕਟਰ ਕਿ ਐਕਸਰਸਾਈਜ਼ ਕਰੇ, ਐਕਸਰਸਾਈਜ਼ ਵੱਲ ਧਿਆਨ ਦੇਵੇ। ਜੇ ਪਹਿਲੇ ਨੰਬਰ 'ਤੇ ਜਿੰਮ ਨੂੰ ਟਾਰਗੇਟ ਕਰਨਾ ਇਹਨਾਂ ਨੇ, ਅਤੇ ਡਾਕਟਰ ਨੂੰ ਬਿਲਕੁਲ ਹੀ ਬੰਦ ਕਰਨਾ ਚਾਹੀਦਾ, ਕਹਿਣਾ ਕਿ ਐਕਸਰਸਾਈਜ਼ ਕਰੋ, ਅਤੇ ਜੇ ਐਕਸਰਸਾਈਜ਼ ਕਰਨੀ ਹੈ ਤਾਂ ਜਿੰਮ ਨੂੰ ਨਾ ਬੰਦ ਕੀਤਾ ਜਾਵੇ। ਹੁਣ ਪਿਛਲੀ ਭਰਪਾਈ ਤਾਂ ਹੋਈ ਨਹੀਂ ਕਵਰ, ਅਤੇ ਫਿਰ ਦੁਬਾਰਾ ਪਹਿਲਾਂ 5.5 ਮਹੀਨੇ ਪਹਿਲਾਂ ਬੰਦ ਰਹੇ, 6 ਮਹੀਨੇ, ਹੁਣ 2 ਮਹੀਨੇ ਹੋ ਗਏ ਸਾਡੇ ਜਿੰਮ ਬੰਦ ਪਿਆ ਨੂੰ। ਹੁਣ ਸਾਡੀ ਹਾਲਤ ਪੁੱਛ ਕੇ ਦੇਖੋ, ਸਰਕਾਰਾਂ ਨੂੰ ਆਹ ਚੀਜ਼ ਨਹੀਂ ਦਿਖਦੀ ਹੈਗੀ। ਹੁਣ ਜੇ ਬਾਈ ਦਵਾ ਕੋਈ ਵੀ ਸਟੂਡੈਂਟ ਆਉਂਦਾ, ਜੇ ਪਹਿਲੇ ਨੰਬਰ 'ਤੇ ਤਾਂ ਉਹ ਜਿਹਨੇ ਉਹਨੂੰ ਬੁਖਾਰ ਚੜਿਆ ਹੋਇਆ, ਉਹਨੇ ਪਹਿਲੇ ਨੰਬਰ 'ਤੇ ਜਿੰਮ ਆਉਣਾ ਹੀ ਨਹੀਂ ਗਾ। ਹੁਣ ਟਰਾਂਸਪੋਰਟੇਸ਼ਨ ਹੈ ਆਪਾਂ ਚੱਲਦੀ ਪਈ ਹੈ, ਹੁਣ ਉਹਦੇ ਵਿੱਚ ਕੋਈ ਵੀ ਪੇਸ਼ੈਂਟ ਸਾਨੂੰ, ਅਸੀਂ ਸਾਡੇ ਨਾਲ ਕੋਈ ਪੇਸ਼ੈਂਟ ਬੈਠਾ, ਸਾਨੂੰ ਤਾਂ ਨਹੀਂ ਪਤਾ ਉਹਨੂੰ ਬੁਖਾਰ ਹੈ,
ਉਹ ਚੱਲ ਰਹੀਆਂ ਨੇ ਜਿਮ ਦੇ ਵਿੱਚ ਕਰੋਨਾ ਹੈ ਹੁਣ ਜਿਹਨੂੰ ਵੀ ਪੁੱਛੋ ਕਹਿੰਦੇ ਉਹ ਰੋਡ 'ਤੇ ਕਈ ਇੱਕ ਜਣੇ ਨੇ ਛੱਡਿਆ ਦੂਜੇ ਨੇ ਹੱਥ ਲਾਇਆ ਦੂਜੇ ਨੇ ਛੱਡਿਆ ਤੀਜੇ ਨੇ ਹੱਥ ਲਾਇਆ ਹੁਣ ਟਰਾਂਸਪੋਰਟੇਸ਼ਨ ਹੈ ਬੱਸ ਹੈ ਕਾਰਾਂ ਨੇ ਟੈਕਸੀਆਂ ਨੇ ਉਹਦੇ ਵਿੱਚ ਹੱਥ ਨਹੀਂ ਲੱਗ ਰਹੇ ਬੱਸ ਦੇ ਵਿੱਚ ਇੱਕ ਜਣਾ ਚੜ੍ਹ ਰਿਹਾ ਦੂਜਾ ਉੱਤਰ ਰਿਹਾ ਤੀਜਾ ਚੜ੍ਹ ਰਿਹਾ ਚੌਥਾ ਉੱਤਰ ਰਿਹਾ ਉਹਦੇ 'ਚ ਵਿੱਚ ਕੀ ਪਤਾ ਕਿਹੜਾ ਬੰਦਾ ਬਿਮਾਰ ਹੈ ਪ੍ਰੋਪਰ ਸੈਨੀਟਾਈਜ਼ ਪਤਾ ਨਹੀਂ ਕੀਤੀ ਜਾ ਰਹੀ ਹੈ ਪਤਾ ਨਹੀਂ ਉਹ ਬੱਸਾਂ ਕਿਹੜੀਆਂ ਕਰ ਰਹੇ ਨੇ ਪ੍ਰੋਪਰ ਇੱਕ ਵਾਰੀ ਸਵੇਰੇ ਚੱਲੀ ਸ਼ਾਮ ਨੂੰ ਵਾਪਸ ਆਉਣੀ ਆ ਉਹ ਰਸਤੇ 'ਚ ਇੱਦਾਂ ਹੁੰਦਾ ਜੇ ਇੱਕ ਪੇਸ਼ੈਂਟ ਉਤਰਿਆ ਤਾਂ ਸੈਨੀਟਾਈਜ਼ ਹੋ ਰਿਹਾ ਹੁਣ ਉਹਨਾਂ ਨੂੰ ਕੀ ਪਤਾ ਕਿ ਆਹ ਪੇਸ਼ੈਂਟ ਜਿਹੜਾ ਉਤਰਿਆ ਬੁਖਾਰ ਚੜਿਆ ਹੋਇਆ ਸੀਗਾ ਕਿ ਨਹੀਂ ਚੜਿਆ ਹੋਇਆ ਸੀਗਾ ਜਿਹੜਾ ਸਾਡੇ ਜਿਮ ਦੇ ਵਿੱਚ ਆਉਣਾ ਹੈ ਕਿਸੇ ਨੇ ਵੀ ਉਹ ਐਨ ਐਕੂਰੇਟ ਹੋ ਕੇ ਆਊਗਾ ਫਿੱਟ ਹੋ ਕੇ ਆਊਗਾ ਜੇ ਉਹਨੂੰ ਪਤਾ ਹੈ ਮੈਨੂੰ ਮਾੜਾ ਜਿਹਾ ਬੁਖਾਰ ਆ ਉਹਨੇ ਆਉਣਾ ਹੀ ਨਹੀਂਗਾ ਅੱਛਾ ਉੱਥੇ ਗੱਲ ਕੀਤੀ ਜਾਵੇ ਨੌਜਵਾਨਾਂ ਦੀ ਬਹੁਤ ਕਾਲਾਂ ਆ ਰਹੀਆਂ ਹੋਣੀਆਂ ਨੇ ਪੁੱਛਣ ਦੇ ਲਈ ਵੀ ਹਾਂ ਖੁੱਲ੍ਹੇ ਜਾਂ ਨਹੀਂ ਇਸ ਨੂੰ ਲੈ ਕੇ ਕਾਲਾਂ ਆਈਆਂ ਨੇ ਕਾਲਾਂ ਨਾ ਤਾਂ ਆਈ 10 ਦਿਨ ਹੋ ਗਏ ਕਿ ਸਾਨੂੰ ਪੁੱਛਦੇ ਪਏ ਆ ਸਟੂਡੈਂਟ ਕਦੋਂ ਜਿਮ ਖੁੱਲ੍ਹ ਰਿਹਾ ਭਾਅ ਜੀ ਦੱਸੋ ਸਾਨੂੰ ਅਸੀਂ ਆਈਏ ਲੇਕਿਨ ਇਹ ਕਾਲ ਤਾਂ ਹਜੇ ਵੀ ਆ ਰਹੀ ਹੈ ਤੁਸੀਂ ਤੁਹਾਡੇ ਸਾਹਮਣੇ ਹੈ ਯਾਨੀ ਕਿ ਸਟੂਡੈਂਟ ਦੇ ਵਿੱਚ ਨਾ ਖੁਸ਼ੀ ਦੀ ਇੱਕ ਤਾਂ ਚਲੋ ਜਿਮ ਓਨਰਸ ਠੀਕ ਹੈ ਟ੍ਰੇਨਰ ਵੀ ਠੀਕ ਹੈ ਟ੍ਰੇਨਰ ਨੇ ਟ੍ਰੇਨ ਕਰਨ ਦੇ ਚਲੋ ਉਹਨਾਂ ਨੂੰ ਸੈਲਰੀ ਮਿਲਣੀ ਹੈ ਸਟੂਡੈਂਟ ਦੇ ਵਿੱਚ ਖੁਸ਼ੀ ਦੀ ਲਹਿਰ ਨਹੀਂ ਹੈ ਅਗਲੇ ਕਹਿੰਦੇ ਸ਼ੁਕਰ ਹੈ ਕਿ ਚਲੋ ਜਿਮ ਦਾ ਖੁੱਲ੍ਹਿਆ ਅਸੀਂ ਫਿੱਟ ਤਾਂ ਹੋਵਾਂਗੇ ਬਟ ਸਰਕਾਰਾਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਇੱਕੋ ਤਾਂ ਫੈਸਲਾ ਨਾ ਲਿੱਤਾ ਜੇ ਸਾਰਿਆਂ ਦਾ ਸੋਚ ਸਮਝ ਕੇ ਇੱਕ ਕਮੇਟੀ ਬਿਠਾਈ ਜੇ ਉਹਦੇ 'ਤੇ ਸਾਰੀ ਕਮੇਟੀ ਦੀ ਸਲਾਹ ਕਰਕੇ ਜਿਮ ਓਨਰਸ ਦਾ ਦੁਕਾਨਦਾਰਾਂ ਦਾ ਹਰੇਕ ਚੀਜ਼ ਦਾ ਸੋਚਿਆ ਜੇ ਅਗਰ ਸਾਲ ਸਵਾ ਸਾਲ ਹੋ ਗਿਆ ਸਾਡੇ ਕੋਲ ਇੰਜੈਕਸ਼ਨ ਤੱਕ ਆ ਗਏ ਮੈਡੀਸਿਨ ਤੱਕ ਆ ਗਈ ਫਿਰ ਵੀ ਹੱਲ ਸਾਡਾ ਲੋਕਡਾਊਨ ਹੈ ਫਿਰ ਕੁਛ ਨਹੀਂ ਕਹਿ ਸਕਦਾ ਸਾਰੇ ਜਿਮ ਓਨਰਸ ਮੈਂ ਖੁਦ ਜਿਮ ਓਨਰਸ ਦੇ ਵੱਲੋਂ ਮੈਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਅਗਰ ਉਹ ਦੁਬਾਰਾ ਤੋਂ ਜਿਮ ਬੰਦ ਕਰਨ ਦੀ ਸੋਚਦੀ ਪਈ ਹੈ ਪਰ ਸਾਨੂੰ ਸਭ ਨੂੰ ਇੱਕ ਇੱਕ ਸ਼ਰਾਬ ਦਾ ਠੇਕਾ ਖੁਲਵਾ ਦੇ ਜਿਮ ਦੇ ਅੰਦਰ ਤਾਂ ਕਿ ਸਾਡੀ ਰੋਜ਼ੀ ਰੋਟੀ ਵੀ ਚੱਲਦੀ ਰਹੂਗੀ ਅਤੇ ਜਿਮ ਦਾ ਵਰਕ ਵੀ ਚੱਲਦਾ ਰਹੂਗਾ ਇਹੀ ਕਹਿ ਸਕਦੇ ਹਾਂ ਸਿਟੀ ਟੋ ਪਰਚੀ ਵੀ ਨਿਕਲਦੀ ਨਾ ਫਿਰ ਭਾਅ ਜੀ ਪਰਚੀ ਤਾਂ ਇਹਨਾਂ ਨੇ ਆਪ ਹੀ ਨਿਕਾਲਣੀ ਹੈ ਕਿ ਫਿਰ ਅਗਰ ਨਹੀਂ ਸੋਚਣਗੇ ਇਹ ਚੀਜ਼ ਤਾਂ ਹੱਲ ਹੈਗਾ ਦੇਖੋ ਅਗਰ ਆਪਾਂ ਦੇਖਿਆ ਜੇ ਪਿੱਛੇ ਤੁਸੀਂ ਦੇਖਿਆ ਕਿ ਗ੍ਰਾਫ ਕ੍ਰਾਈਮ ਦਾ ਵੀ ਬਹੁਤ ਜ਼ਿਆਦਾ ਵੱਧ ਗਿਆ ਕਿਉਂ ਵਧਿਆ ਬੇਰੁਜ਼ਗਾਰੀ ਨੂੰ ਲੈ ਕੇ ਹੋਰ ਦੇਖੋ ਪਹਿਲਾਂ ਅਸੀਂ ਆਉਂਦੇ ਹਾਂ ਠੀਕ ਹੈ ਗੁਟਕਾ ਸਾਹਿਬ ਹੱਥ ਵਿੱਚ ਰੱਖ ਕੇ ਸੋਹਾਂ ਖਾਂਦੇ ਹਾਂ ਚਾਰ ਹਫ਼ਤਿਆਂ 'ਚ ਨਸ਼ੇ ਦਾ ਲੱਕ ਤੋੜ ਦੂੰਗਾ ਲੱਕ ਟੁੱਟਿਆ ਵੱਡੇ ਵੱਡੇ ਬੋਰਡ ਲਗਾਉਂਦੇ ਕਿੰਨੇ ਗੈਂਗਸਟਰ ਪਕੜੇ ਗਏ ਗੈਂਗਸਟਰ ਬੰਦਾ ਕਿਉਂ ਹੈ ਹਾਲਾਤ ਬਣਾਉਂਦੇ ਆ ਸਰਕਾਰਾਂ ਸਾਥ ਦੇਣ ਯੂਥ ਦਾ ਸਰਕਾਰਾਂ ਯਾਨੀ ਕਿ ਪ੍ਰੋਪਰ ਦੇਖਭਾਲ ਕਰਨ ਗੈਂਗਸਟਰ ਕੋਈ ਨਹੀਂ ਬਣੂਗਾ ਠੀਕ ਹੈ ਬਿਜਲੀ ਦਾ ਰੇਟ ਇਲੈਕਸ਼ਨ ਤੋਂ ਪਹਿਲਾਂ ਕੀ ਹੁੰਦਾ ਕਿ ਤੁਹਾਨੂੰ 5 ਰੁਪਏ ਪਤਾ ਨਹੀਂ 6 ਰੁਪਏ ਇੰਨਾ ਕੁਛ ਕਿਹਾ ਸੀਗਾ ਯੂਨਿਟ ਬਿਜਲੀ ਦੇਵਾਂਗੇ ਕੀ ਰੇਟ ਹੋ ਗਿਆ ਇੱਕ ਬਾਬਾ ਸੀਗਾ 1.5 ਅੱਖ ਵਾਲਾ ਇਲੈਕਸ਼ਨ ਤੋਂ ਪਹਿਲਾਂ ਕਹਿੰਦਾ ਸੀਗਾ ਤੁਸੀਂ ਪੈਟਰੋਲ ਦੇ 35 ਰੁਪਏ ਰੇਟ ਵਾਲੇ ਨੂੰ ਵੋਟ ਦਿਓਗੇ ਕਿ 100 ਰੁਪਏ ਰੇਟ ਵਾਲੇ ਨੂੰ ਠੀਕ ਹੈ 70 ਵਾਲੇ ਨੂੰ ਕੀ ਰੇਟ ਹੋ ਗਿਆ ਪੈਟਰੋਲ ਦਾ ਹੁਣ ਉਹ ਬਾਬਾ ਕਿੱਥੇ ਹੈ ਉਹ ਤਾਂ ਬਾਬੇ ਨੇ ਜਿਹੜੇ ਸਾਡੇ ਵਲੰਟੀਅਰ ਡਾਕਟਰ ਨਰਸਾਂ ਜਿੰਨੇ ਵੀ ਸਾਡੇ ਯੂਥ ਹੋ ਗਿਆ ਹੋਰ ਅੱਗੇ ਅੱਗੇ ਹੋ ਕੇ ਕੰਮ ਕੀਤਾ ਉਹਨੇ ਤਾਂ ਡਾਕਟਰ ਨੂੰ ਵੀ ਬਖਸ਼ਿਆ ਉਹ ਬਾਬੇ ਨੇ ਉਹਨਾਂ 'ਤੇ ਵੀ ਟਿੱਪਣੀ ਕਸਣੀ ਸ਼ੁਰੂ ਕਰਤੀ ਉਹਦੇ 'ਤੇ ਕੋਈ ਵੀ ਕੇਸ ਹੋਇਆ ਨਹੀਂ ਹੋਇਆ ਕੇਸ ਕੂਸ ਹੁੰਦੇ ਆ ਇਸ ਮਿਡਲ ਫੈਮਿਲੀ ਵਰਗਿਆਂ ਦੇ ਠੀਕ ਹੈ ਜਿਨ੍ਹਾਂ ਦੀ ਕੋਈ ਅਪਰੋਚ ਨਹੀਂ ਹੁੰਦੀ ਜਿਹੜੇ ਸੱਚ ਬੋਲਦੇ ਆ ਉਹਨਾਂ 'ਤੇ ਇਸ ਟਾਈਮ ਇਹ ਹਾਲਾਤ ਹੈ ਪੰਜਾਬ ਕੀ ਸੀਗਾ ਖੁਸ਼ਹਾਲ ਕੀ ਲਿਆ ਕੇ ਖੜਾ ਕਰਤਾ ਲੇਕਿਨ ਹੁਣ ਹੁਣ ਮੰਨ ਲਓ ਜੇ ਹੁਣ ਅੱਜ ਓਫੀਸ਼ੀਅਲ ਨੋਟੀਫਿਕੇਸ਼ਨ ਇੱਦਾਂ ਨਹੀਂ ਆਉਂਦਾ ਹੈਗਾ ਕੱਲ੍ਹ ਜਿਮ ਖੋਲ੍ਹਣ ਨੂੰ ਲੈ ਕੇ ਹੈ ਨਾ ਹਾਲੇ ਵੀ ਕਨਫਿਊਜ਼ਨ ਉਸ ਨੂੰ ਲੈ ਕੇ ਹੈਗੀ ਆ ਅਗਰ ਕਹਿ ਦਿੱਤਾ ਜਾਂਦਾ ਕਿ ਜਿਮ ਹਲੇ ਨਹੀਂ ਖੋਲ੍ਹ ਸਕਦੇ ਹੈਗੇ ਥੋੜ੍ਹੇ ਦਿਨ ਹੋਰ ਫਿਰ ਦੇਖੋ ਜੀ ਇਹ ਤਾਂ ਸਰਕਾਰਾਂ ਨੂੰ ਯੂਥ ਦਾ ਸੋਚਣਾ ਚਾਹੀਦਾ ਅਗਰ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਕਹਿੰਦੇ ਹੋ ਵੱਡੀਆਂ ਵੱਡੇ ਦਾਅਵੇ ਕਰਦੇ ਹੋ ਕਿ ਯੂਥ ਜਿਹੜੀ ਹੈ ਰੀੜ ਦੀ ਹੱਡੀ ਹੈ ਜਿਹੜੇ ਦੇਸ਼ ਜਿਹੜੇ ਸੂਬੇ ਨੇ ਦੇਸ਼ ਨੇ ਚੱਲਣਾ ਆਉਂਦਾ ਯੂਥ ਦੇ ਸਿਰ 'ਤੇ ਚੱਲਦਾ ਅਗਰ ਤੁਸੀਂ ਰੀੜ ਦੀ ਹੱਡੀ ਤੋੜ ਦੋਗੇ ਫਿਰ ਉਹ ਸਰਕਾਰ ਆਪਣੇ ਨਹੀਂ ਠੀਕ ਹੈ ਨਾ ਹਾਂ ਠੀਕ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਜੋ ਜਿਮ ਮਾਲਕਾਂ ਦੇ ਵਿੱਚ ਕਨਫਿਊਜ਼ਨ ਹੈ ਉਹ ਤੁਸੀਂ ਸੁਣੀ ਹੈ ਜਿੱਥੇ CM ਦੇ ਵੱਲੋਂ ਕਿਹਾ ਗਿਆ ਸੀਗਾ ਕਿ 15 ਤਰੀਕ ਤੱਕ ਜਿਹੜੇ ਜਿਮ ਖੁੱਲ੍ਹ ਸਕਦੇ ਨੇ ਲੇਕਿਨ ਉੱਥੇ ਇਹ ਵੀ ਕਿਹਾ ਗਿਆ ਸੀਗਾ ਕਿ ਜਿਹੜੇ ਹਰੇਕ ਜ਼ਿਲ੍ਹੇ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹ ਸਮੀਖਿਆ ਕਰਨਗੇ COVID-19 ਕੇਸਿਸ ਦੀ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਕਿੰਨੇ ਕੁ ਕੇਸਿਸ ਨੇ ਕਿ ਜਿਮ ਖੋਲ੍ਹਣ ਦੀ ਆਗਿਆ ਦਿੱਤੀ ਜਾਊਗੀ ਕਿ ਨਹੀਂ ਇਹ ਕੁਐਸਚਨ ਜਿਹੜਾ ਆ ਪੁੱਛਿਆ ਜਾ ਰਿਹਾ ਵਾਰ ਵਾਰ ਜਿਮ ਮਾਲਕਾਂ ਦੇ ਵੱਲੋਂ ਔਰ ਵਾਰ ਵਾਰ ਜਿਹੜੇ ਕੁਐਰੀਜ਼ ਆ ਰਹੀਆਂ ਨੇ ਜਿਮ ਮਾਲਕਾਂ ਨੂੰ ਹਰੇਕ ਦੀਆਂ ਜੋ ਉੱਥੇ ਜਿਮ ਲਗਾਉਂਦੇ ਨੇ ਨੌਜਵਾਨ ਕਿ ਸਾਡੇ ਜਿਮ ਖੁੱਲ੍ਹੇ ਨੇ ਕਿ ਨਹੀਂ
ਤਾਂ ਉਮੀਦ ਕੀਤੀ ਜਾ ਰਹੀ ਕਿ ਸ਼ਾਮ ਤੱਕ ਹੋ ਸਕਦਾ ਕੋਈ ਓਫੀਸ਼ੀਅਲ ਨੋਟੀਫਿਕੇਸ਼ਨ ਆ ਜਾਵੇ ਜਿੰਮ ਨੂੰ ਲੈ ਕੇ ਕਿ ਜਿੰਮ ਖੋਲ੍ਹੇ ਜਾ ਸਕਦੇ ਨੇ ਜਾਂ ਨਹੀਂ, ਕਿਉਂਕਿ ਲਗਾਤਾਰ ਇਹੀ ਸਵਾਲ ਜਿਹੜਾ ਜਿੰਮ ਮਾਲਕਾਂ ਦੇ ਵੱਲੋਂ ਕਿਹਾ ਜਾ ਰਿਹਾ ਅਤੇ ਕਨਫਿਊਜ਼ਨ ਜਿਹੜੀ ਹੈ ਪਾਈ ਜਾ ਰਹੀ ਹੈ। ਸੋ ਵਧੇਰੀ ਅਪਡੇਟਸ ਜੁੜੇ ਹੋਰ ਦਾ ਟਾਈਮਸ ਨਾਲ, ਕੈਮਰਾਮੈਨ ਹੈਰੀ ਦੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ।